पूछा नहीं किसी ने? अच्छा जी, नाइन क्यों नहीं अगर एट? अच्छी तो लिस्टिंग में पता लग गया सीगा कि 8.75 ऐसा क्यों? कितने मिनट डाउट है कि एमसीक्यू सी गए शायद मैं मिस कर गया हूं। नहीं, लास्ट वाला सेक्शन, लास्ट वाला आंसर मेरे पास हो गया इसका। ठीक है, बाकी अदरवाइज हाउ इज योर लिस्टिंग प्रिपरेशन? सर को एक बैठे है के भी चाहिए इधर से लिस्टिंग का प्रिपरेशन कर देंगे। अच्छा, इंग्लिश सॉन्ग तो बहुत सुन मूवीज कुछ ਬਾਹਰ ਲੱਗੀ ਹੋਤੀ ਕਿਹੜਾ ਕੁੱਕੜ ਬੈਠੇ ਸੀ ਸਰ ਮੇਰੇ ਤੇ ਨਾਲ ਕੁੜੀ ਬੈਠੀ ਸੀ ਮੈਨਾਂ ਬੋਲਦੀ ਸੀ ਨਾ ਉਹ ਮੈਨੂੰ ਕਹਿ ਰਹੀ ਸੀ ਹਾਏ ਮੈਨੂੰ ਆਪੀ ਕਰਾ ਦੀ ਮੈਨੂੰ ਹੋ ਗਈ ਅਨੂ ਸਿੰਘ ਦੂਜੀ ਅਨੂ ਸਿੰਘ ਅੱਛਾ ਜੀ ਮਤਲਬ ਇਹਦਾ ਨਹੀਂ ਹੁੰਦਾ ਨਹੀਂ ਸਰ ਇਹ ਤੁਹਾਨੂੰ ਕੁਝ ਨਹੀਂ ਸੀ ਵੈਸੇ ਲੱਗੀ ਸੀ ਉਹਦੇ ਨਾਲ ਮੈਂ ਨਹੀਂ ਗੱਲਾਂ ਕਰੀ ਜਾਂਦੀ ਸੀ ਰੀਡਿੰਗ ਵੀ ਹੁੰਦੀ ਸੀ ਉਹ ਵਰਡਸ ਦਿਮਾਗ ਚ ਆਉਂਦੇ ਸੀ ਨਾ
ਚਲੋ ਜੀ ਪਰ ਤੁਸੀਂ ਇੰਨੇ ਕੌਨਫੀਡੈਂਟ ਰਹਿੰਦੇ ਹੋ ਕਿ ਕਿਦਾਂ ਨਰਵਸ ਹੋ ਗਏ ਮੈਨੂੰ ਤਾਂ ਬਹੁਤ ਹੋ ਰਿਹਾ ਜਿਵੇਂ ਤੁਹਾਨੂੰ ਜਾਇਸ ਕਨਫਿਊਜ਼ ਹੀ ਨਾ ਹੋਂ ਟਾਊਨ ਕਿਹੜਾ ਵਾ ਮੈਂ ਕਨਫਿਊਜ਼ ਸੀ ਆਪਣਾ ਐਡਰੈਸ ਦੇ ਦਵਾ ਕਿ ਕਿਦਾਂ ਕੰਟਰੋਲ ਕੀਤੀ ਨਰਵਸ ਨੇ ਤੇ ਮੇਕੋ ਮੰਗ ਲੈਂਦੇ ਮੈਂ ਤੁਹਾਡਾ ਪਤਾ ਹੁੰਦਾ ਮੈਂ ਤੁਹਾਡਾ ਹੀ ਦੇ ਆਣਾ ਸੀਗਾ ਹਾਂ ਫਿਰ ਬਾਅਦ ਚਾਪੇ ਪੈਣੇ ਅੱਛਾ ਕਿਦਾਂ ਕੰਟਰੋਲ ਕੀਤਾ ਨਾ ਮਤਲਬ ਥੋੜਾ ਜਿਹਾ ਜਦੋਂ ਮੈਂ ਫਰਸਟ ਉਹਨੂੰ ਮਿਲੀ ਵੈਸੇ ਹੀ ਇਟ ਵਾਸ ਵੈਰੀ ਨਾਈਸ ਮਤਲਬ ਉਹਨੇ ਮੇਰੇ ਨਾਲ ਬੜੀ ਹੱਸ ਕੇ ਗੱਲ ਕੀਤੀ ਪਰ ਫਿਰ ਵੀ ਥੋੜਾ ਜਿਹਾ ਨਰਵਸਨੈਸ ਹੋ ਜਾਂਦੀ ਫਿਰ ਮੈਂ ਇਦਾਂ ਮੈਂ ਕਿਹਾ ਕੰਫਰਟ ਹੋਣਾ ਹੀ ਪੈਣਾ ਕੰਫਰਟੇਬਲ ਫਿਰ ਮੈਂ ਹਾਂ ਓਕੇ ਐਨੀ ਐਡਵਾਈਸ ਟੂ ਦ ਪੀਪਲ ਹੂ ਆਰ ਗੋਇੰਗ ਫॉर 15th অর 29 ਰੀਅਲ ਐਡਵਾਈਸ ਇਹ ਨਹੀਂ ਕਿ ਹਾਂ ਇਹ ਕਰ ਲੋ ਕਿ ਹਾਂ ਕੁਝ ਚੀਜ਼ਾਂ ਬਿਲਡ ਅਪ ਹੋਈਆਂ ਉਹ ਕਿੱਦਾਂ ਬਿਲਡ ਅਪ ਹੋਈਆਂ ਹੋਰ ਉਹਨੂੰ ਕਿੱਦਾਂ ਵਧੀਆ ਨਾਲ ਤਰੀਕੇ ਨਾਲ ਤੁਸੀਂ ਕਰ ਸਕਦੇ ਸੀ ਅਗਰ 7 ਤੋਂ ਆਪਾਂ ਉੱਪਰ ਟਾਰਗੇਟ ਦੇਖੀ ਆਪਾਂ 8 7.5 ਇਵਨ 9 ਅਗਰ ਤੁਸੀਂ ਘਰ ਜਾ ਕੇ ਉਹਨੂੰ ਛੱਡ ਕੇ ਥੋੜਾ ਜਿਹਾ ਹੋਰ ਫੋਕਸ ਕਰਦੇ ਤਾਂ ਕਿੱਦਾਂ ਸੀਗਾ ਕੋਈ ਇਦਾਂ ਦੀ ਨੋਰਮਲ ਨੋਟ ਤੇ ਐਡਵਾਈਸ ਨਾ ਸਪੋਜ਼ ਯੂ ਨੋ ਸ਼ੀ ਟਾਰਗੇਟਿੰਗ 8 ਮਿਨੀਮਮ ਲਿਸਨਿੰਗ ਸੇ ਚਾਹੀਦੇ ਆ ਨੋ ਪਿੱਛੇ ਇਹ ਮੈਂ ਤਾਂ ਨਹੀਂ ਨਾ ਇਹਨਾਂ ਦਾ ਕਹਿਣਾ ਇਹਨਾਂ ਦਾ ਕਹਿਣਾ ਜੀ ਆਈ ਨਹੀਂ ਅਰਸ ਤੁਹਾਨੂੰ ਲੈ ਕੇ ਆਉਂਗੀ ਕਰ ਲੋ ਇਹ ਮਜ਼ਾਕ ਸੀ ਗੱਲ ਯਾਰ ਇਹ ਡਾਊਟ ਹੈ ਤੈਨੂੰ ਹਾਂਜੀ ਨਹੀਂ ਸਰ ਲੈ ਕੇ ਆਉਂਗੀ ਓਕੇ ਧਿਆਨ ਨਾਲ ਦੇਖੋ ਅੰਦਰ ਚੱਲਾਵਾ 15 ਨੂੰ ਅੰਦਰ ਵਸਟਰ ਕੋਈ ਟਾਈਮ ਕੀਤਾ ਹੈ ਇਹਨਾਂ ਨੇ ਐਕਸਪਾਇਰ ਹੋ ਗਿਆ ਸੀ ਤਾਂ ਹੁਣ ਕੋਈ ਐਡਵਾਈਸ ਕਿ ਆ ਚੀਜ਼ ਨਾ ਇਸ ਹਿਸਾਬ ਨਾਲ ਸਹੀ ਅੱਛਾ ਅਗਰ ਫੰਬਲ ਹੋਇਆ ਤਾਂ ਉਹਨੇ ਟਾਈ ਬੈਂਡ ਕਰ ਲਿਆ ਰੈਸ ਕਿੱਥੇ ਕਮੀ ਰਹਿ ਗਈ ਦੇਖੋ ਇਹਨਾਂ ਦੇ ਐਡਰੈਸ ਵੀ ਦੱਸੇ ਆਪਾਂ ਡੂ ਮੇਕ ਸ਼ੋਰ ਪ੍ਰਿੰਟ ਯੂਰ ਐਡਰੈਸ ਔਨ ਯੂਰ ਟੀ-ਸ਼ਰਟ ਦੈਟ ਵੁੱਡ ਬੀ ਗ੍ਰੇਟ ਯਾ ਆਈ ਵੀ ਦਿਖਾ ਦਵਾਂ ਲਾਈਕ ਯਾ ਯਾ ਲਿਖੋ ਲਿਆ ਠੀਕ ਹੈ ਪ੍ਰਿੰਟ ਕਰਵਾ ਦੋ ਮਾਈ ਹੋਮ ਐਡਰੈਸ ਠੀਕ ਹੈ ਜੀ ਫੋਨ ਨੰਬਰ ਮਤ ਲਿਖਾਣਾ ਹਾਂਜੀ राइटिंग में आप क्या करो ताकि वो चीज होल्ड कर पाए आपको ਕਰਦੀ ਆ
मैंने ज्यादा तो नहीं पता इन्होंने बारे ठीक है जी अगर मैं दमन से सिमरन की गल करा आई हैव नोन दीज गर्ल्स फॉर आलमोस्ट 3.5 ईयर आई मस्ट से ठीक है जी क्योंकि जो मैं अपनी जर्नी स्टार्ट की थी तो मैं इन्होंने मिलया सी जिते मैं काम करता सीगा दे वर क्वाइट नाइस आई मस्ट से एट दैट टाइम बंदा तो पता नहीं बट यस अगर मैं गल करा कि एक कुड़िया ने मेहनत किदा की है तो आई थिंक इनक्रेडिबल कितों उठ के कितने तक जाना अगेन आई कैन नॉट शेयर सर्टन थिंग्स बट हाँ फिर भी एक कुड़िया ने अपने दम पर जिन्ना क आई थिंक जो भी 7 अचीव किए बहुत वधिया वा ठीक है जी ओनली यू नो मदर की सपोर्ट थ्रू कि हाँ बई कोई गल नहीं और अगर इन्हों की मदर की गल करा तो मैं कहूँगा कि इन्नी ज़्यादा सपोर्ट आ कि इतने भी चलो इतना ही घूमदिया फिर रहा कभी इन्होंने मना नहीं किया कभी कुछ नहीं किया ਅੰਡੀ ਜੀ ਸੀਰੀਅਸਲੀ ਇਹ 7 ਇਹਦੇ ਨਹੀਂ ਆ ਵੈਸੇ 7 ਤੁਹਾਡੇ ਆ ਕਿ ਹੋਰ ਵਧੀਆ ਕਰ ਸਕਦੇ ਸੀ ਜੀ ਮੈਂ ਪਰ ਕਹਿੰਦੀ ਆ ਦੋਸਤ ਤੁਹਾਡੀ ਸਪੋਰਟ ਰਹੀ ਆ ਨਾ ਇਹਨਾਂ ਮੈਂ ਨਹੀਂ ਕੁਛ ਵੀ ਕਰ ਸਕਦੀ ਮੈਂ ਸਿਰਫ ਇੱਥੇ ਕੱਲਣਾ ਤੁਹਾਡੇ ਸਿਰ ਤੇ ਮਤਲਬ ਕਿ ਤੁਹਾਡੇ ਤੇ ਜ਼ਿਆਦਾ ਡਿਪੈਂਡ ਰਹੀ ਆ ਨਹੀਂ ਨਹੀਂ ਉਹ ਚਲੋ ਜੋ ਵੀ ਕਰੋਗੇ ਮੇਰੇ ਬੱਚਿਆਂ ਵਾਸਤੇ ਪਰ ਮੈਂ ਜ਼ਰੂਰ ਕਹੂੰਗਾ ਕਿ ਹਾਂ ਇਹ ਕੁੜੀਆਂ ਨੇ ਦੇਖੋ ਬਾਹਰ ਕੀ ਆ ਮੈਨੂੰ ਨਹੀਂ ਪਤਾ ਬਟ ਅਗਰ ਮੈਂ ਇੱਥੇ ਗੱਲ ਕਰਾਂ ਤੇ ਜੇ ਇਹਨਾਂ ਨੂੰ ਕੋਈ ਗੱਲ ਕਹੀ ਆ ਕਲਾਸ 'ਚ ਵੀ ਇਹਨਾਂ ਨੇ ਚੀਜ਼ਾਂ ਨੂੰ ਸੁਣਿਆ ਇਹ ਨਹੀਂ ਕੀਤਾ ਕਿ ਇਗਨੋਰ ਚੱਲ ਗਈ ਇਗਨੋਰ ਮਾਰਿਆ ਜਾਂ ਕਿੱਦਾਂ ਬਟ ਹਾਂ ਚੰਗੀਆਂ ਤੁਹਾਡੀਆਂ ਬੱਚੀਆਂ ਬਹੁਤ ਔਰ ਆਈ ਥਿੰਕ ਅਗਰ ਥੋੜ੍ਹਾ ਜਿਹਾ ਹੋਰ ਮਿਹਨਤ ਕਰਨਗੀਆਂ ਲਾਈਫ 'ਚ ਬਹੁਤ ਅੱਗੇ ਜਾਣਗੀਆਂ ਤੁਹਾਡਾ ਨਾਂ ਰੋਸ਼ਨ ਕਰਨਗੀਆਂ ਐਂਡ ਆਈ ਮਸਟ ਸੇ ਕਿ ਚਲੋ ਇਹਨੇ ਐਗਜ਼ਾਮਪਲ ਸੈਟਅਪ ਕਰਤੀ ਹੈ ਨਾ ਸਿਮਰਨ ਦੇਖੋ ਕੀ ਕਰਦੀ ਹੈ ਹੋਪਫੁਲੀ ਵਧੀਆ ਕਰੇਗੀ ਤੁਸੀਂ ਅੱਜ ਕੀ ਕਹਿ ਰਹੇ ਹੋ ਸ਼ੀ ਇਸ ਫੋਕਸ ਇਨ ਆਫ ਨਹੀਂ ਮੈਂ ਕਿਹਾ ਇਸ ਤੋਂ ਵੱਧ ਲਿਆ ਰਹੇ ਹੋ ਚਲੋ ਹੋਪ ਸੋ ਹਾਂਜੀ ਬਿਲਕੁਲ ਦਮਨ ਲੈ ਕੇ ਆਈ ਕਿਉਂਕਿ ਸਾਰੇ ਦਮਨ ਨੂੰ ਜ਼ਿਆਦਾ ਕਹਿੰਦੇ ਕਿ ਦਮਨ ਇੰਟੈਲੀਜੈਂਟ ਜਾਣਾ ਮੈਂ ਕਿਹਾ ਨਹੀਂ ਲਾਸਟ ਚੇਅਰ ਵਾਲਾ ਵੀ ਬਸ ਆ ਸਕਦਾ क्या बात है नेक्स्ट ओह इंटर मिस द अपॉर्चुनिटी एंड यू नो मैं लास्ट में बैठा थी पहला यू नो व्हाट हैपेंड यू नो योगिता गॉट सॉरी योगिता कह दिया श्वेता गॉट एन अपॉर्चुनिटी शी सैट डाउन एट लास्ट ओके सो नहीं आंटी जी सीरियसली जिन्ना तो मैं जानता देखो मैं इन्हें तो नहीं धरना कभी मिले जो इन्होंने बच्चों को पता चलिया कि लाइफ कितना इन्होंने गुजारी है कितना स्ट्रगल किए लाइफ से आई मस्ट से कि चलो भगवान भगवान करे हम अगे इन्होंने कोई प्रॉब्लम ना आए बहुत अगे जान पर सीरियसली अपने दम से इन्ना अचीव करना ना ग्रेट ऑनेस्टली कहना पेपर आ रहे हैं